ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਨਮਸਕਾਰ, ਮੈਂ ਨਿਖਿਲ ਸ਼ਰਮਾ ਤੁਹਾਡਾ ਸਵਾਗਤ ਕਰਦਾ। ਕੋਈ ਟਾਈਮ ਸੀ ਪੰਜਾਬ ਚ ਕਾਲੇ ਕੱਚੇ ਗੈਂਗ ਦਾ ਕਹਿਰ ਸੀ, ਪਰ ਹੁਣ ਜ਼ਮਾਨਾ ਬਦਲ ਗਿਆ। ਪਰ ਜ਼ਮਾਨੇ ਦੇ ਨਾਲ ਕੀ ਗੱਲ, ਗੈਂਗ ਦੇ ਤੌਰ ਤਰੀਕੇ ਵੀ ਬਦਲ ਗਏ ਨੇ। ਹੁਣ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਜਲੰਧਰ ਦੀ ਅਜਿਹੀ ਘਟਨਾ। ਜਲੰਧਰ ਦੇ ਜੰਡੂ ਸਿੰਘਾ ਇਲਾਕੇ ਚ ਇੱਕ ਅਜਿਹੀ ਘਟਨਾ ਹੋਈ ਹੈ। ਇੱਥੇ ਇੱਕ ਗੈਂਗ ਨੇ ਬਿਲਕੁਲ ਕਾਲਾ ਕੱਚਾ ਸਟਾਈਲ ਦੇ ਵਿੱਚ ਇੱਕ ਡੇਰੇ ਤੇ ਤਾਵਾ ਬੋਲ ਦਿੱਤਾ। ਇਸ ਦੌਰਾਨ ਇੱਕ ਇਨਸਾਨ ਦਾ ਕਤਲ ਹੋ ਗਿਆ ਤੇ ਕਰੀਬ 7 ਲੋਕ ਗੰਭੀਰ ਰੂਪ ਚ ਜ਼ਖਮੀ ਕਰ ਦਿੱਤੇ ਗਏ। ਪਰ ਖਾਸ ਗੱਲ ਇਹ ਸੀ ਕਿ ਕਾਲੇ ਕੱਛੇ ਦੀ ਜਗ੍ਹਾ ਇਸ ਗੈਂਗ ਨੇ ਕੈਪਰੀ ਤੇ ਟੀ ਸ਼ਰਟ ਪਾਈਆਂ ਹੋਈਆਂ ਸੀ ਤੇ ਮੂੰਹ ਨੂੰ ਟੱਕਿਆ ਹੋਇਆ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਜਲੰਧਰ ਚ ਕੈਪਰੀ ਟੀ ਸ਼ਰਟ ਗੈਂਗ ਨੇ ਮਚਾਇਆ ਕਹਿਰ। ਉਹੀ ਅੰਦਾਜ਼, ਉਹੀ ਤਰੀਕਾ, ਬਸ ਬਦਲਿਆ ਤੇ ਸਿਰਫ ਪਹਿਰਾਵਾ। ਪੰਜਾਬ ਚ ਕੋਈ ਟਾਈਮ ਸੀ ਜਦੋਂ ਕਾਲਾ ਕੱਛਾ ਗੈਂਗ ਦੀ ਦਹਿਸ਼ਤ ਹੁੰਦੀ ਸੀ, ਪਰ ਪੰਜਾਬ ਚ ਹੁਣ ਦਸਤਕ ਦਿੱਤੀ ਹੈ ਕੈਪਰੀ ਬਨੈਨ ਗਿਰੋਹ ਨੇ। ਜਲੰਧਰ ਦੇ ਜੰਡੂ ਸਿੰਘਾ ਦੇ ਇੱਕ ਪਿੰਡ ਵਿੱਚ ਕੁਝ ਅਜਿਹੀ ਵਾਰਦਾਤ ਹੋਈ। ਕਾਲਾ ਕੱਛਾ ਗੈਂਗ ਦੇ ਅੰਦਾਜ਼ ਦੇ ਵਿੱਚ ਕੈਪਰੀ ਬਨੈਨ ਗਿਰੋਹ ਨੇ ਇੱਕ ਡੇਰੇ ਤੇ ਤਾਵਾ ਬੋਲ ਦਿੱਤਾ। ਬੇਖੌਫ ਗੈਂਗ ਨੇ ਕਰ ਦਿੱਤਾ ਡੇਰੇ ਚ ਮੌਜੂਦ 7 ਲੋਕਾਂ ਤੇ ਹਮਲਾ। ਇਸ ਹਮਲੇ ਚ ਇੱਕ ਸ਼ਖਸ ਦੀ ਜਾਨ ਚਲੀ ਗਈ। ਪੁਲਿਸ ਪੜਤਾਲ ਚ ਸਾਹਮਣੇ ਆਇਆ ਕਿ ਗੈਂਗ ਨੇ ਕੈਪਰੀ ਤੇ ਬਨੈਨ ਪਾਈ ਹੋਈ ਸੀ। ਫਿਲਹਾਲ ਪੁਲਿਸ ਇਸ ਗੈਂਗ ਦੀ ਤਲਾਸ਼ ਚ ਜੁਟ ਗਈ ਹੈ, ਕਿਉਂਕਿ ਕਾਲੇ ਕੱਛੇ ਗੈਂਗ ਤੋਂ ਬਾਅਦ ਕੈਪਰੀ ਬਨੈਨ ਗਿਰੋਹ ਦਾ ਉਸੇ ਅੰਦਾਜ਼ ਚ ਵਾਪਸ ਆਉਣਾ ਪੁਲਿਸ ਲਈ ਵੱਡੀ ਚੁਣੌਤੀ ਹੈ। ਕੁਛ 2:30 ਵਜੇ ਤੋਂ ਪਹਿਲਾਂ ਸੋਨੀਆ ਮਹੰਤ ਡੇਰੇ 'ਤੇ ਰਹਿੰਦੀ, ਉੱਥੇ ਉਹਦੇ ਨਾਲ ਹੋਰ 6 ਜਾਣੇ ਡੇਰੇ ਦੇ ਹੈਗੇ ਸੀ। ਉੱਥੇ 2 ਤੋਂ 2:30 ਵਜੇ ਦੇ ਦਰਮਿਆਨ ਨਾਮ ਨੂੰ ਬੰਦਿਆਂ ਨੇ ਉਹ ਡੇਰੇ 'ਚ ਦਾਖਲ ਹੋ ਕੇ ਉਹਨਾਂ ਦੀ ਕੁੱਟਮਾਰ ਕਰਕੇ ਗਹਿਣੇ ਅਤੇ ਨਕਦੀ ਚੋਰੀ ਕੀਤੇ ਆ ਹੋਏ ਨੇ, ਜਿਸ 'ਤੇ 6 ਜਾਣੇ ਜ਼ਖਮੀ ਹੋਏ ਨੇ। ਇੱਕ ਜਿਹੜਾ ਸੰਦੀਪ ਸਿੰਘ ਸੋਨੂ ਸੀ ਉਹਦੀ ਕੁੱਟਮਾਰ ਕਰਕੇ ਉਹਦੀ ਡੈਥ ਹੋ ਗਈ ਆ। ਅਸੀਂ ਮੌਕੇ 'ਤੇ ਸਾਰੇ ਪਹੁੰਚ ਗਏ ਸੀ, ਐਸਪੀ ਜੀ ਸਾਹਿਬ, ਮੈਂ ਵੀ, ਸਾਰੀ ਫੋਰਸ ਵੀ ਮੌਕੇ 'ਤੇ ਪਹੁੰਚ ਕੇ ਅਸੀਂ ਮੌਕੇ 'ਤੇ ਡੋਗ ਸਕਾਡ ਐਂਟੀ ਫਿੰਗਰਪ੍ਰਿੰਟ ਸਾਰੇ ਬੁਲਾਏ ਆ, ਇੰਟਰੋਡਿਊਸ ਕਰ ਰਹੇ ਹਾਂ। ਸੀ ਐਸ ਸਟਾਫ ਵੀ ਪਹੁੰਚ ਗਿਆ, ਹੁਣ ਅਸੀਂ ਸਿਵਲ ਹਸਪਤਾਲ ਜਲੰਧਰ ਆ ਗਏ ਹਾਂ। ਉੱਥੇ ਉਹਦਾ ਪੋਸਟਮਾਰਟਮ ਕਰਾ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਉਹਨਾਂ ਵਾਰਸਾਂ ਵਾਲੇ ਕੀਤੀ ਸਰ। ਹੁਣ